ਅੱਜ ਨੈਸ਼ਨਲ ਲੋਕ ਅਦਾਲਤ ਲਗਾਈ ਉਹਦੇ ਬਾਰੇ ਨਾਲ। ਹਾਂਜੀ, ਅੱਜ ਅਸੀਂ 9 ਸਪਟੰਬਰ ਨੂੰ ਅੰਮ੍ਰਿਤਸਰ ਵਿਖੇ ਅਜਨਾਲਾ ਅਤੇ ਬਾਬਾ ਬਕਾਲਾ ਸਾਹਿਬ ਵਿਖੇ ਅਸੀਂ ਨੈਸ਼ਨਲ ਲੋਕ ਅਦਾਲਤ ਲਗਾਈ ਹੈ। ਇਹਦੇ 'ਚ ਅਸੀਂ ਅਰਾਊਂਡ 27,000 ਕੇਸਿਸ ਟੇਕਅਪ ਕੀਤੇ ਨੇ, ਜਿਨ੍ਹਾਂ ਵਿੱਚੋਂ ਕਿ ਪ੍ਰੀ ਲਿਟੀਗੇਟਿਵ ਕੇਸਿਸ ਵੀ ਨੇ, ਕ੍ਰਾਈਮ ਅਗੇਂਸਟ ਵਿਮੈਨ ਵਾਲੇ ਕੇਸਿਸ ਵੀ ਨੇ, ਔਰ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਕੇਸਿਸ ਵੀ ਨੇ, ਸਿਵਲ ਫੌਜਦਾਰੀ ਕੇਸਿਸ ਉਹ ਨੇ ਜਿਹੜੇ ਕਿ ਕੰਪਾਊਂਡ ਨਹੀਂ ਹੋ ਸਕਦੇ, ਕੰਪਾਊਂਡੇਬਲ ਨਹੀਂ, ਅਤੇ ਉਹ ਸਾਰੇ ਕੇਸਿਸ ਅਸੀਂ ਇੱਥੇ ਲਏ ਨੇ, ਔਰ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਮੈਕਸੀਮਮ ਡਿਸਪੋਜ਼ਲ ਕਰਾਂਗੇ ਅੱਜ। ਲੋਕ ਅਦਾਲਤ ਲਗਾਉਣ ਦਾ ਬਹੁਤ ਫਾਇਦਾ ਜੀ, ਜਿਵੇਂ ਕਿ ਅਸੀਂ ਦੇਖਿਆ ਕਿ ਕਈ ਵਾਰੀ ਕਚਹਿਰੀ 'ਚ ਕੁਛ ਪ੍ਰੋਸੀਜਰਲ ਟਾਈਮ ਲੱਗ ਜਾਂਦਾ, ਲੋਕਾਂ ਨੂੰ ਕਾਫੀ ਵਾਰੀ ਕੋਰਟਸ ਜਾਣਾ ਪੈਂਦਾ, ਔਰ ਉਹਦੇ ਨਾਲ ਥੋੜ੍ਹਾ ਡਿਲੇ ਹੋ ਜਾਂਦਾ ਉਹਨਾਂ ਦੇ ਕੇਸਾਂ ਦੀ ਡਿਸਪੋਜ਼ਲ। ਲੋਕ ਅਦਾਲਤ ਇੱਕ ਇਹੋ ਜਿਹਾ ਪਲੇਟਫਾਰਮ ਹੈ ਜਿਹਦੇ ਵਿੱਚ ਉਹ ਆ ਕੇ ਆਪਣੇ ਕੇਸਿਸ ਰਾਜ਼ੀਨਾਮੇ ਨਾਲ ਛੇਤੀ ਨਿਬੇੜ ਸਕਦੇ ਨੇ, ਔਰ ਸਭ ਤੋਂ ਵੱਡਾ ਇਹਦਾ ਫਾਇਦਾ ਇਹ ਹੈ ਕਿ ਇਹਦੀ ਕੋਈ ਅਪੀਲ ਨਹੀਂ ਹੁੰਦੀ, ਜਿਹੜਾ ਵੀ ਲੋਕ ਅਦਾਲਤ 'ਚ ਫੈਸਲਾ ਹੁੰਦਾ ਉਹ ਫਾਈਨਲ ਹੁੰਦਾ। ਲੋਕ ਅਦਾਲਤ ਜਿਹਨੇ ਵੀ ਕੇਸ ਲਗਾਉਣਾ, ਸਭ ਤੋਂ ਸੌਖਾ ਤਰੀਕਾ ਹੈ ਕਿ ਜਿਹੜੀ ਵੀ ਕੋਰਟ 'ਚ ਉਹਦਾ ਕੇਸ ਜੇ ਪੈਂਡਿੰਗ ਕੇਸਿਸ ਨੇ ਤਾਂ ਉੱਥੇ ਐਪਲੀਕੇਸ਼ਨ ਦੇ ਸਕਦੇ ਨੇ, ਓਰਲੀ ਵੀ ਰਿਕੁਐਸਟ ਕਰ ਸਕਦੇ ਨੇ। ਬਾਕੀ ਮੇਰੇ ਆਫਿਸ 'ਚ ਬੀਇੰਗ ਚੇਅਰਪਰਸਨ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ, ਜਿਹੜੇ ਕੇਸਿਸ ਨੇ ਉਹ ਆ ਕੇ ਰਿਕੁਐਸਟ ਕਰ ਸਕਦੇ ਨੇ ਕਿ ਲੋਕ ਅਦਾਲਤ 'ਚ ਲੱਗਣ। ਇੱਦਾਂ ਹੀ ਸਾਡੇ ਇੱਥੇ ADR ਸੈਂਟਰ ਹੈ, ਸਾਡੇ CGM ਸਾਹਿਬ ਨੇ, ਰਛਪਾਲ ਸਿੰਘ ਜੀ ਜਿਹੜੇ ਕਿ ਸੈਕਟਰੀ ਨੇ, ਉਹਨਾਂ ਕੋਲ ਆ ਕੇ ਵੀ ਐਪਲੀਕੇਸ਼ਨ ਦਿੱਤੀ ਜਾ ਸਕਦੀ ਹੈ। ਇਸ ਤੋਂ ਨਿਪਟਾਰਾ ਜੋ ਹੋ ਸਕਦਾ ਜੀ, ਸਾਨੂੰ ਪੂਰੀ ਉਮੀਦ ਹੈ ਜੀ ਅਸੀਂ ਹਜ਼ਾਰਾਂ 'ਚ ਡਿਸਪੋਜ਼ਲ ਕਰਾਂਗੇ। ਅੱਜ ਨੈਸ਼ਨਲ ਲੋਕ ਅਦਾਲਤ ਲਗਾਈ ਉਹਦੇ ਬਾਰੇ ਨਾਲ। ਹਾਂਜੀ, ਅੱਜ ਅਸੀਂ 9 ਸਪਟੰਬਰ ਨੂੰ ਅੰਮ੍ਰਿਤਸਰ ਵਿਖੇ ਅਜਨਾਲਾ ਅਤੇ ਬਾਬਾ ਬਕਾਲਾ ਸਾਹਿਬ ਵਿਖੇ ਅਸੀਂ ਨੈਸ਼ਨਲ ਲੋਕ ਅਦਾਲਤ ਲਗਾਈ ਹੈ। ਇਹਦੇ 'ਚ ਅਸੀਂ ਅਰਾਊਂਡ 27,000 ਕੇਸਿਸ ਟੇਕਅਪ ਕੀਤੇ ਨੇ, ਜਿਨ੍ਹਾਂ ਵਿੱਚੋਂ ਕਿ ਪ੍ਰੀ ਲਿਟੀਗੇਟਿਵ ਕੇਸਿਸ ਵੀ ਨੇ, ਕ੍ਰਾਈਮ ਅਗੇਂਸਟ ਵਿਮੈਨ ਵਾਲੇ ਕੇਸਿਸ ਵੀ ਨੇ, ਔਰ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਕੇਸਿਸ ਵੀ ਨੇ, ਸਿਵਲ ਫੌਜਦਾਰੀ ਕੇਸਿਸ ਉਹ ਨੇ ਜਿਹੜੇ ਕਿ ਕੰਪਾਊਂਡ ਨਹੀਂ ਹੋ ਸਕਦੇ, ਕੰਪਾਊਂਡੇਬਲ ਨਹੀਂ, ਅਤੇ ਉਹ ਸਾਰੇ ਕੇਸਿਸ ਅਸੀਂ ਇੱਥੇ ਲਏ ਨੇ, ਔਰ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਮੈਕਸੀਮਮ ਡਿਸਪੋਜ਼ਲ ਕਰਾਂਗੇ ਅੱਜ। ਲੋਕ ਅਦਾਲਤ ਲਗਾਉਣ ਦਾ ਬਹੁਤ ਫਾਇਦਾ ਜੀ, ਜਿਵੇਂ ਕਿ ਅਸੀਂ ਦੇਖਿਆ ਕਿ ਕਈ ਵਾਰੀ ਕਚਹਿਰੀ 'ਚ ਕੁਛ ਪ੍ਰੋਸੀਜਰਲ ਟਾਈਮ ਲੱਗ ਜਾਂਦਾ, ਲੋਕਾਂ ਨੂੰ ਕਾਫੀ ਵਾਰੀ ਕੋਰਟਸ ਜਾਣਾ ਪੈਂਦਾ, ਔਰ ਉਹਦੇ ਨਾਲ ਥੋੜ੍ਹਾ ਡਿਲੇ ਹੋ ਜਾਂਦਾ ਉਹਨਾਂ ਦੇ ਕੇਸਾਂ ਦੀ ਡਿਸਪੋਜ਼ਲ। ਲੋਕ ਅਦਾਲਤ ਇੱਕ ਇਹੋ ਜਿਹਾ ਪਲੇਟਫਾਰਮ ਹੈ ਜਿਹਦੇ ਵਿੱਚ ਉਹ ਆ ਕੇ ਆਪਣੇ ਕੇਸਿਸ ਰਾਜ਼ੀਨਾਮੇ ਨਾਲ ਛੇਤੀ ਨਿਬੇੜ ਸਕਦੇ ਨੇ, ਔਰ ਸਭ ਤੋਂ ਵੱਡਾ ਇਹਦਾ ਫਾਇਦਾ ਇਹ ਹੈ ਕਿ ਇਹਦੀ ਕੋਈ ਅਪੀਲ ਨਹੀਂ ਹੁੰਦੀ, ਜਿਹੜਾ ਵੀ ਲੋਕ ਅਦਾਲਤ 'ਚ ਫੈਸਲਾ ਹੁੰਦਾ ਉਹ ਫਾਈਨਲ ਹੁੰਦਾ। ਲੋਕ ਅਦਾਲਤ ਜਿਹਨੇ ਵੀ ਕੇਸ ਲਗਾਉਣਾ, ਸਭ ਤੋਂ ਸੌਖਾ ਤਰੀਕਾ ਹੈ ਕਿ ਜਿਹੜੀ ਵੀ ਕੋਰਟ 'ਚ ਉਹਦਾ ਕੇਸ ਜੇ ਪੈਂਡਿੰਗ ਕੇਸਿਸ ਨੇ ਤਾਂ ਉੱਥੇ ਐਪਲੀਕੇਸ਼ਨ ਦੇ ਸਕਦੇ ਨੇ, ਓਰਲੀ ਵੀ ਰਿਕੁਐਸਟ ਕਰ ਸਕਦੇ ਨੇ। ਬਾਕੀ ਮੇਰੇ ਆਫਿਸ 'ਚ ਬੀਇੰਗ ਚੇਅਰਪਰਸਨ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ, ਜਿਹੜੇ ਕੇਸਿਸ ਨੇ ਉਹ ਆ ਕੇ ਰਿਕੁਐਸਟ ਕਰ ਸਕਦੇ ਨੇ ਕਿ ਲੋਕ ਅਦਾਲਤ 'ਚ ਲੱਗਣ। ਇੱਦਾਂ ਹੀ ਸਾਡੇ ਇੱਥੇ ADR ਸੈਂਟਰ ਹੈ, ਸਾਡੇ CGM ਸਾਹਿਬ ਨੇ, ਰਛਪਾਲ ਸਿੰਘ ਜੀ ਜਿਹੜੇ ਕਿ ਸੈਕਟਰੀ ਨੇ, ਉਹਨਾਂ ਕੋਲ ਆ ਕੇ ਵੀ ਐਪਲੀਕੇਸ਼ਨ ਦਿੱਤੀ ਜਾ ਸਕਦੀ ਹੈ। ਇਸ ਤੋਂ ਸਾਨੂੰ ਪੂਰੀ ਉਮੀਦ ਹੈ ਜੀ ਅਸੀਂ ਹਜ਼ਾਰਾਂ 'ਚ ਡਿਸਪੋਜ਼ਲ ਕਰਾਂਗੇ।